ਸਸ਼ਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਵਿਰਸਾ ਲਾਈਵ ਟੀਵੀ ਕ੍ਰਿਕਟ ਵਰਲਡ ਦੀ ਸਭ ਤੋਂ ਵੱਡੀ ਖਬਰ ਇਹ ਹੈ ਕਿ ਦੇਸ਼ ਦੇ ਸਾਰੇ ਵਧੀਆ ਕ੍ਰਿਕਟਰਸ ਵਿੱਚੋਂ ਇੱਕ ਕ੍ਰਿਕਟਰ ਯੁਵਰਾਜ ਸਿੰਘ ਨੇ ਅੰਤਰਰਾਸ਼ਟਰੀ ਅਤੇ ਪਹਿਲੀ ਸ਼੍ਰੇਣੀ ਦੇ ਕ੍ਰਿਕਟ ਨੂੰ ਅਲਵਿਦਾ ਆਖਦੇ ਹੋਏ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ ਔਰ ਕਾਫੀ ਵਕਤ ਹੋ ਗਿਆ ਸੀ ਗਰਾਊਂਡ ਪਰ ਔਰ ਬਹੁਤ ਸੇ ਰੀਜ਼ਨਸ ਸੇ ਯੂ ਨੋ 2000 ਮੇਂ ਮੇਰਾ ਕਰੀਅਰ ਸ਼ੁਰੂ ਹੁਆ ਥਾ ਔਰ 19 ਸਾਲ ਹੋ ਗਏ ਥੇ ਕਨਫਿਊਜ਼ ਥਾ ਆਪਣੇ ਕਰੀਅਰ ਕੋ ਲੈ ਕੇ ਕਿ ਮੁਝੇ ਆਪਣਾ ਕਰੀਅਰ ਕਿਸ ਤਰ੍ਹਾਂ ਐਂਡ ਕਰਨਾ ਹੈ ਮੈਂ ਚਾਹਤਾ ਥਾ ਕਿ ਜੋ ਲਾਸਟ ਆਈ ਪੀ ਐਲ ਹਮ ਜੀਤੇ ਹੈ ਅਗਰ ਮੁਝੇ ਖੇਲਨੇ ਕੋ ਮਿਲਤਾ ਔਰ ਮੇਰਾ ਕਰੀਅਰ ਐਂਡ ਹੋਤਾ ਤੋ ਬਹੁਤ ਸੈਟਿਸਫਾਈਡ ਤਰੀਕੇ ਸੇ ਮੈਂ ਜਾਤਾ ਬਟ ਲਾਈਫ ਮੇਂ ਸਭ ਕੁਛ ਨਹੀਂ ਮਿਲਤਾ ਐਂਡ ਮੈਨੇ ਐਕਚੁਲੀ ਲਾਸਟ ਈਅਰ ਹੀ ਸੋਚ ਲਿਆ ਥਾ ਕਿ ਜੋ ਆਨੇ ਵਾਲੀ ਆਈ ਪੀ ਐਲ ਇਸ ਸਾਲ ਕੀ ਉਹ ਮੇਰੀ ਆਖਰੀ ਹੋਗੀ ਐਂਡ ਆਈਲ ਗਿਵ ਇਟ ਮਾਈ ਬੈਸਟ ਸ਼ੋਟ ਤੋ ਹਰ ਆਦਮੀ ਕੀ ਇੱਕ ਲਾਈਫ ਮੇਂ ਇੱਕ ਟਾਈਮ ਆਤਾ ਹੈ ਜਬ ਵੋ ਸੋਚਤਾ ਹੈ ਕਿ ਯੂ ਨੋ ਅਬ ਬਸ ਅਬ ਬਹੁਤ ਹੋ ਗਿਆ ਬਿਗੇਸਟ ਮੂਮੈਂਟ ਇਨ ਮਾਈ ਕਰੀਅਰ ਵੁੱਡ ਡੈਫੀਨੇਟਲੀ ਬੀ 2011 ਵਿਨਿੰਗ ਦਾ ਵਰਲਡ ਕੱਪ ਐਂਡ ਯੂ ਨੋ ਬੀਇੰਗ ਮੈਨ ਆਫ ਦਾ ਸੀਰੀਜ਼ ਕੈਨੋਟ ਬੀ ਅ ਬਿਗਰ ਹਾਈ ਵਿਨਿੰਗ ਇਨ ਇੰਡੀਆ ਐਜ਼ ਵੈਲ ਆਫਟਰ 28 ਈਅਰਸ ਯੂ ਨੋ ਕੈਨੋਟ ਬੀ ਅ ਬਿਗਰ ਹਾਈ ਡਿਫਾਈਨਿੰਗ ਮੂਮੈਂਟ ਇਨ ਮਾਈ ਕਰੀਅਰ ਆਈ ਥਿੰਕ ਵੁੱਡ ਬੀ ਵੈਨ ਆਈ ਸਕੋਰਡ batted first time in international cricket and scored 84 against Australia because you go, first game you bat and you score 84 against the best team in the world because of that you know I after that game I failed in a lot of games but because I had started so well I had always got an opportunity to you know come back and play again so I think definitely that would be my defining moment ਦਰਸ਼ਕਾਂ ਨੂੰ ਮੈਂ ਦੱਸ ਦਿਆਂ ਕਿ ਉਹਨਾਂ ਨੇ ਕੁੱਲ 40 ਟੈਸਟ ਮੈਚਿਸ 304 ਵਨਡੇ ਅਤੇ 58 T20 ਮੈਚਿਸ ਖੇਡੇ 2011 ਦਾ ਵਰਲਡ ਕੱਪ ਯੁਵਰਾਜ ਸਿੰਘ ਨੇ ਕੈਂਸਰ ਵਰਗੀ ਖਤਰਨਾਕ ਬਿਮਾਰੀ ਨਾਲ ਜੂਝਦੇ ਹੋਏ ਖੇਡਿਆ ਅਤੇ ਉਹਨਾਂ ਨੂੰ ਮੈਨ ਆਫ ਦਾ ਟੂਰਨਾਮੈਂਟ ਦਾ ਅਵਾਰਡ ਵੀ ਮਿਲਿਆ ਸਨ 2000 ਵਿੱਚ ਆਪਣਾ ਕ੍ਰਿਕਟ ਕਰੀਅਰ ਸਟਾਰਟ ਕਰਨ ਵਾਲੇ ਯੁਵਰਾਜ ਸਿੰਘ ਨੇ ਆਖਿਰਕਾਰ 19 ਸਾਲਾਂ ਬਾਅਦ ਕ੍ਰਿਕਟ ਨੂੰ ਅਲਵਿਦਾ ਆਖ ਦਿੱਤਾ ਹੈ ਅਤੇ ਉਹਨਾਂ ਦੀ ਵਿਦਾਈ ਤੇ ਪੂਰੀ ਕ੍ਰਿਕਟ ਟੀਮ ਉਦਾਸ ਹੈ